ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਜਾਹਦਪੁਰ ਦੇ ਪੜ੍ਹੇ ਲਿਖੇ ਪਿੰਡ ਵਾਸੀ ਨੇ ਕਾਂਗਰਸੀ ਸਰਪੰਚ ਤੋਂ ਆਰਟੀਆਈ ਦੇ ਤਹਿਤ ਪਿੰਡ ਦੇ ਛੱਪੜ ਦੀ ਜਾਣਕਾਰੀ ਮੰਗੀ ਤਾਂ ਤਿਲਮਿਲਾਏ ਸਰਪੰਚ ਨੇ ਜੇਸੀਬੀ ਮਸ਼ੀਨ ਮੰਗਵਾ ਕੇ ਸ਼ਿਕਾਇਤਕਰਤਾ ਦੇ ਘਰ ਵਿੱਚ ਹੀ ਖੁਦਵਾ ਦਿੱਤਾ ਛੱਪੜ। ਪੰਚਾਇਤ ਅਫਸਰ ਦੀ ਸਫਾਈ, ਖੁਦਾਈ ਦੇ ਲਈ ਨਹੀਂ ਦਿੱਤਾ ਕੋਈ ਲਿਖਤੀ ਆਦੇਸ਼, ਮਾਮਲਾ ਪਹੁੰਚਿਆ ਪੁਲਿਸ ਦੇ ਕੋਲ ਅਤੇ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ। ਪੰਚ ਦੇ ਕਜਨ ਨੇ ਵਾਇਆ ਆ ਤੇ ਮੈਂ ਆਰਟੀਆਈ ਲਈ ਸੀ, ਪਿੰਡ ਵਿੱਚ ਧਾਂਦਲੀ ਬੜੀ ਹੋਈ ਸੀ ਤੇ ਉਹ ਧਾਂਦਲੀ ਹੋਣ ਕਰਕੇ ਜਦੋਂ ਆਰਟੀਆਈ ਲਾਈ ਤੇ ਆਰਟੀਆਈ ਜਿਹੜੀ ਉਹ ਵੀਡੀਓ ਕੋ ਮੰਗੀ, ਵੀਡੀਓ ਨੇ ਉਹਦਾ ਕੋਈ ਜਵਾਬ ਨਹੀਂ ਦਿੱਤਾ। ਮੈਂ ਵੀਡੀਓ ਕੋ ਮੰਗੀ ਵੀ ਮੈਨੂੰ ਆਰਟੀਆਈ ਦਵਾਈ ਜਾਏ, ਵੀਡੀਓ ਪੀ ਨੇ ਕੋਈ ਜਵਾਬ ਨਹੀਂ ਦਿੱਤਾ। ਉਹ ਤੋਂ ਬਾਅਦ ਆਰਟੀਆਈ ਇੱਕ ਮੈਨੂੰ ਚਿੱਠੀ ਆਈ ਮਾੜੀ ਜੀ ਵੀਡੀਓ ਵੱਲੋਂ ਵੀ ਸਾਡੇ ਕੋਲ ਇਕੱਠੀ ਨਹੀਂ ਹੋ ਰਹੀ ਆਰਟੀ, ਜਦੋਂ ਇਕੱਠੀ ਹੋ ਕੇ ਦੇ ਦਾਂਗੇ, ਪਰ ਉਹਨਾਂ ਕੋਈ ਘੱਲੀ ਨਹੀਂ। ਫਿਰ ਮੈਂ ਸਟੇਟ ਕਮਿਸ਼ਨ ਨੂੰ ਲਾਈ ਚੰਡੀਗੜ੍ਹ, ਉਹਨਾਂ ਵੀ ਮੈਨੂੰ ਕੋਈ ਜਵਾਬ ਨਹੀਂ ਦਿੱਤਾ। ਫਿਰ ਮੈਂ ਰਿਮਾਈਂਡਰ ਲੈਟਰ ਜਿਹੜਾ ਉਹ ਘੱਲਿਆ, ਮਤਲਬ ਵੀ ਫਿਰ ਵੀ ਕੋਈ ਜਵਾਬ ਨਹੀਂ ਆ। ਪਰ ਹੁਣ ਜਦੋਂ ਵੀਡੀਓ ਨੂੰ ਪਤਾ ਲੱਗਾ ਵੀ ਆਰਟੀ ਛੱਡਦਾ ਨਹੀਂ, ਇਹਨੇ ਸਰਪੰਚ ਨੂੰ ਘੱਲ ਕੇ ਉੱਥੇ ਦਰਖਾਸਤ ਦਵਾ ਕੇ ਮੇਰੇ ਉੱਤੇ ਪੁਲਿਸ ਨੇ ਮੋਹਰ ਲਾ ਕੇ ਅਤੇ ਮੈਨੂੰ ਸਿਰਦਰ ਕਰਾਉਣ ਦੀ ਕੋਸ਼ਿਸ਼ ਕੀਤੀ। ਅਸੀਂ ਬੀ ਡੀ ਓ ਸਾਹਿਬ ਕੋਲ ਗਏ, ਬੀ ਡੀ ਓ ਸਾਹਿਬ ਨੇ ਪੁਲਿਸ ਨੂੰ ਦਿੱਤੀ ਅਤੇ ਉਹਨਾਂ ਆਖਿਆ ਵੀ ਛੱਪੜ ਜਿਹੜਾ ਜੇ ਸੀ ਪੀ ਨਾਲ ਨੀਵਾਂ ਕਰ ਲਓ, ਉਹ ਨਵਾਂ ਕੀਤਾ। ਬਾਕੀ ਇਹਨੇ ਜਾ ਕੇ ਪੁਲਿਸ ਨੇ ਦਰਖਾਸਤ ਦਿੱਤੀ, ਪੁਲਿਸ ਨੇ ਸਾਨੂੰ ਰੋਕ ਦਿੱਤਾ। ਅਸੀਂ ਹੁਣ ਪੁਲਿਸ ਦੇ ਚੱਲਿਆ, ਜੋ ਪੁਲਿਸ ਕਾਰਵਾਈ ਕਰੇਗੀ ਉਹ ਜਿਹਦੇ ਹੱਕ 'ਚ ਕਰੇ, ਜੇ ਅਸੀਂ ਗਲਤ ਹੋਵਾਂਗੇ ਤਾਂ ਸਾਡੇ ਹੱਕ 'ਚ ਹੋਜੂ, ਜੇ ਇਹਦੇ ਹੱਕ 'ਚ ਉਹਦੀ ਗਲਤ। ਹੋਰ ਕੋਈ ਲੜਾਈ ਨਹੀਂ ਹੋਈ, ਕੋਈ ਕਿਸੇ ਕਿਸਮ ਦਾ ਝਗੜਾ ਨਹੀਂ ਹੋਇਆ। ਪੁਲਿਸ ਨੇ ਜਦੋਂ ਡੱਕ ਦਿੱਤਾ, ਅਸੀਂ ਉਸੇ ਵੇਲੇ ਜੇ ਸੀ ਪੀ ਬਾਹਰ ਕੱਢ ਦਿੱਤੀ। ਗੁਰਦਾਸਪੁਰ ਤੋਂ ਰਿਸ਼ਪਾਲ ਬਿੱਟੂ ਦੀ ਰਿਪੋਰਟ, ਚੈਨਲ 2।